ਭਾਰਤ-ਪਾਕ ਸਰਹੱਦ ਸੈਕਟਰ ਖਾਲੜਾ ਦੀ ਢੱਲ ਚੌਂਕੀ ਨੇੜੇ ਸ਼ੁੱਕਰਵਾਰ ਦੇਰ ਰਾਤ BSF ਦੀ 103 ਬਟਾਲੀਅਨ ਦੇ ਜਵਾਨਾਂ ਨੇ ਸਰਹੱਦ ਪਾਰ ਕਰਕੇ ਆਏ 5 ਨਸ਼ਾ ਤਸਕਰਾਂ ਨੂੰ ਮੁਕਾਬਲੇ 'ਚ ਢੇਰ ਕਰ ਦਿੱਤਾ। ਸੂਤਰਾਂ ਦੀ ਮੰਨੀਏ ਤਾਂ 5 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਪਰ ਅਜੇ ਤੱਕ ਇਹਨਾਂ ਦੀ ਪਛਾਣ ਨਹੀਂ ਹੋ ਸਕੀ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅਜੇ ਹੋਰ ਵੀ ਲਾਸ਼ਾਂ ਬਰਾਮਦ ਹੋ ਸਕਦੀਆਂ ਹਨ ਅਤੇ ਇਲਾਕੇ 'ਚ ਸਰਚ ਆਪਰੇਸ਼ਨ ਹਾਲੇ ਵੀ ਜਾਰੀ ਹੈ। ਮੌਕੇ ਤੋਂ ਬਰਾਮਦ 2 ਬੈਗਾਂ 'ਚੋਂ 9 ਕਿਲੋ ਹੈਰੋਇਨ, 5 ਪਿਸਤੌਲ, 1 AK-47 ਅਤੇ 27 ਰਾਊਂਡ ਪ੍ਰਾਪਤ ਹੋਏ ਹਨ। BSF ਅਧਿਕਾਰੀਆਂ ਵੱਲੋਂ ਮਾਮਲੇ ਦਾ ਖੁਲਾਸਾ ਅੱਜ ਕੀਤਾ ਜਾਵੇਗਾ। ਜੀ ਸਰ, ਜੀ ਸਰ, ਸਰ ਕੀ ਪ੍ਰਾਪਤੀ ਹੋਈ ਅੱਜ? ਸਰ ਜੈਸਾ ਕਿ ਆਪ ਸਭੀ ਕੋ ਪਤਾ ਹੈ ਵੱਲੋਂ ਇੱਕ ਵੱਡੀ ਕਾਮਯਾਬੀ ਰਾਤ ਦੀ ਹੈ ਜਦੋਂ ਪਾਕਿਸਤਾਨ ਤੋਂ ਆਏ 5 ਦੇਸ਼ ਦੋ ਨੂੰ ਫੇਰ ਕੀਤਾ ਗਿਆ ਤੇ ਆਮ ਸਰਦੀਆਂ ਨੇ ਇਨਫਿਲਟ੍ਰੇਟਰ ਤੇ ਉਹਨੇ ਅਧਿਕਾਰੀ ਪ੍ਰੈਸ ਕਾਨਫਰੰਸ ਇੰਟਰਨੈਸ਼ਨਲ ਬਾਰਡਰ ਕ੍ਰੋਸ ਕਰਕੇ ਭਾਜੀ ਨਹੀਂ ਕਰੋ ਥੱਲੇ ਕਰੋ ਆਈਡੀ ਇੰਡੀਅਨ ਟੈਰੀਟਰੀ ਮੇ ਪ੍ਰਵੇਸ਼ ਕੀਤਾ ਥੱਲੇ ਕਰੋ ਔਰ ਉਨਕੋ ਵੋ ਹਮਾਰੀ ਨਿਗਰਾਨੀ ਪਰ ਥੇ ਜੋ ਗੱਡੀ ਆਪਣੀ ਉਨ ਪਰ ਇਹ ਆਈਡੀ ਚੁਕ ਲੂ ਜੋ ਹਮਾਰੀ ਸਟ੍ਰੈਟੇਜੀ ਹੋਤੀ ਹੈ ਜੋ ਹਮਾਰੇ ਤਰੀਕੇ ਹੋਤੇ ਹੈ ਉਨਕੇ ਤਰੀਕੇ ਸੇ ਉਨਕੋ ਕੋਡੋਨ ਕੀਆ ਕੋਡੋਨ ਕਰਨੇ ਕੇ ਬਾਅਦ ਜਬ ਵੋ 4:30 ਵਜੇ ਜਬ ਉਹਨੇ ਦੇਖਾ ਕਿ ਉਹ ਕੋਡੋਨ ਹੋ ਗਏ ਕਿਸ ਤਰ੍ਹਾਂ ਸੇ ਵਾਪਸ ਜਾਏਗਾ ਤੋ ਵਾਪਸ ਜਾਣੇ ਕੇ ਲੀਏ ਜਬ ਵੋ ਖੜੇ ਹੋਏ ਤੋ ਉਹਨੇ ਫਾਇਰ ਕੀਆ ਹਮਾਰੀ ਟਰੂਪਸ ਪਰ ਹਮਾਰੀ ਟਰੂਪਸ ਨੇ ਵੀ ਫਾਇਰ ਓਪਨ ਕੀਏ ਦੁਬਾਰਾ 5:30 ਵਜੇ ਦੁਬਾਰਾ ਉਹਨੇ ਕੋਸ਼ਿਸ਼ ਕੀ ਕਿ ਵੋ ਵਾਪਸ ਇਸੀ ਤਰ੍ਹਾਂ ਸੇ ਬਚ ਕੇ ਨਿਕਲ ਜਾਏ ਦੁਬਾਰਾ ਵੋ ਖੜੇ ਹੋਏ ਦੁਬਾਰਾ ਉਹਨੇ ਫਾਇਰਿੰਗ ਕੀ ਉਸ ਫਾਇਰਿੰਗ ਮੇ ਹਮਾਰੀ ਜੋ ਟਰੂਪਸ ਵਹਾਂ ਪੇ ਮੌਜੂਦ ਥੀ ਉਹਨੇ ਵਹਾਂ ਫਾਇਰ ਓਪਨ ਕੀਆ ਉਸ ਦੇਰ ਬਾਅਦ ਦੇਖਾ ਕਿ ਕੋਈ ਕਿਸੀ ਵੀ ਤਰ੍ਹਾਂ ਕੋਈ ਹਲਚਲ ਨਹੀਂ ਹੋ ਰਹੀ ਹੈ ਤੋ ਜਬ ਸੁਬਹ ਜਬ ਥੋੜ੍ਹਾ ਸਰਚ ਕੀ ਗਈ ਤੋ ਸ਼ੁਰੂ ਮੇ 2 ਬੋਡੀ ਮਿਲੀ ਫਿਰ ਥੋੜ੍ਹੀ ਦੂਰ ਬਾਅਦ ਜਾ ਕੇ ਫਿਰ 1 ਮਿਲੀ ਦੁਬਾਰਾ ਫਿਰ ਖੰਨਾ ਸਾਹਿਬ ਨਹੀਂ ਟੋਟਲ 5 ਬੋਡੀ ਮਿਲੀ 500 ਮੇ ਆਪ ਜੈਸਾ ਦੇਖ ਰਹੇ ਹੈ ਏਕ ਕੇ ਪਾਸ ਏਕ ਕੇ ਰਾਈਫਲ ਔਰ ਬਾਕੀ ਚਾਰੋ ਕੇ ਪਾਸ ਇਹ ਪਿਸਟਲ ਥੀ ਪਿਸਟਲ ਬਰੇਟਾ ਪਿਸਟਲ ਹੈ ਅੱਛੀ ਪਿਸਟਲ ਹੈ ਔਰ ਏਕ ਕੇ ਪੋਜੀਸ਼ਨ ਮੇ 5 ਪੈਕਟ ਮਿਲੇ ਔਰ ਦੂਸਰੇ ਕੇ ਪੋਜੀਸ਼ਨ ਮੇ 4 ਪੈਕਟ ਮਿਲੇ ਟੋਟਲ ਅਰਾਊਂਡ 9.5 ਕਿਲੋਗ੍ਰਾਮ ਕੇ ਆਸ ਪਾਸ ਕੀ ਹੈਰੋਇਨ ਕਾ ਸੀਜ਼ਰ ਹੈ ਔਰ 5 ਬੋਡੀ ਰਿਕਵਰ ਹੋਈ ਹੈ ਜੋ ਹਮ ਅਭੀ ਪੁਲਿਸ ਕੋ ਹੈਂਡ ਓਵਰ ਕਰ ਰਹੇ ਹੈ ਔਰ ਪੁਲਿਸ ਇਸਕੀ ਇਨਵੈਸਟੀਗੇਸ਼ਨ ਕਰੇਗੀ ਇਸਮੇ 2 ਮੋਬਾਈਲ ਫੋਨ ਵੀ ਮਿਲੇ ਹੈ ਉਨਮੇ ਜਬ ਪੁਲਿਸ ਇਨਵੈਸਟੀਗੇਸ਼ਨ ਕਰੇਗੀ ਤੋ ਉਸਮੇ ਹੋ ਸਕਤਾ ਹੈ ਕੁਛ ਐਵੀਡੈਂਸ ਉਨਕੋ ਮਿਲੇ ਸਰ ਕੋਈ ਕਰੰਸੀ ਵਗੈਰਾ ਵੀ ਕਰੰਸੀ ਹੈ ਕੁਛ ਕਰੰਸੀ ਜੋ ਆਪਣੇ ਸਾਹਮਣੇ ਹੈ ਬਹੁਤ ਬਹੁਤ ਹੀ ਕਮ ਕਰੰਸੀ ਹੈ ਪਾਕਿਸਤਾਨੀ ਕਰੰਸੀ ਹੈ ਤੋ ਸਰ ਆਈਡੀ ਕਾਰਡ ਵਗੈਰਾ ਅਭੀ ਤੱਕ ਕੁਛ ਨਹੀਂ ਮਿਲੇ ਹੈ ਬੋਡੀ ਸਰਚ ਅਭੀ ਇਨਕੁਐਸਟ ਹੋ ਗਈ ਉਨਕੀ ਤੋ ਉਨਕੇ ਕਪੜੇ ਜੋ ਸਾਰੇ ਹੈ ਵੋ ਸਰਚ ਹੋਗੇ ਸਾਰੀ ਚੀਜ਼ਾਂ ਹੋਗੀ ਅਗਰ ਹੋਰ ਕੁਛ ਉਨਕੀ ਬੋਡੀ ਮੇ ਅੰਦਰ ਕੁਛ ਮਿਲਤਾ ਹੈ ਤੋ ਉਹ ਬਾਅਦ ਮੇ ਪੁਲਿਸ ਆਪਣੇ ਸੀਜ਼ਰ ਮੇ ਉਹ ਵੀ ਦਿਖਾ ਦੇਗੀ ਸਰ ਔਰ ਵੀ ਜਾਣੇ ਥੇ ਜੋ ਮਿਲੇ ਹੈ ਸਰ ਔਰ ਵੀ ਥੇ 5 ਇਹ ਤੇ ਕੋਈ ਔਰ ਵੀ ਹੋ ਸਕਤੇ ਥੇ ਕਿ ਹਮਾਰੇ ਉਸਮੇ ਅਨੁਸਾਰ 5 ਕਾ ਹੀ ਮੂਵਮੈਂਟ ਥਾ 5 ਸੇ ਜ਼ਿਆਦਾ ਹਮਾਰੇ ਮੂਵਮੈਂਟ ਹਮੇ ਦਿਖਾਈ ਨਹੀਂ ਦਿਆ ਥਾ ਔਰ 5 ਬੋਡੀ ਹਮੇ ਰਿਕਵਰ ਹੋ ਸਰ ਕਿਤਨੇ ਘੰਟੇ ਕਾ ਸਰਚ ਥਾ ਇਹ ਕਿਤਨੇ ਇਹ ਦੇਖੀ ਰਾਤ ਕੋ 11:30 ਵਜੇ ਕੇ ਆਸ ਪਾਸ ਆਪਰੇਸ਼ਨ ਸ਼ੁਰੂ ਹੋਆ ਥਾ ਔਰ ਮਾਰਨਿੰਗ 5:30 ਵਜੇ ਲਾਸਟ ਫਾਇਰਿੰਗ ਹੋਈ ਥੀ ਔਰ ਉਸਕੇ ਬਾਅਦ ਫਿਰ ਸਰਚ ਆਪਰੇਸ਼ਨ ਚਲਤਾ ਰਹਾ ਔਰ ਇਹ ਜਾ ਕੇ 11:30-12 ਵਜੇ ਕੰਕਲੂਡ ਹੋਇਆ ਸਰ ਕੁੱਲ ਹੀਰਨ ਕਿੰਨੀ ਹੋਈ ਹੈ ਸਰ 9.5 ਕਿਲੋਗ੍ਰਾਮ ਸੇ ਥੋੜ੍ਹੀ ਜ਼ਿਆਦਾ ਹੈ ਓਕੇ ਸਰ